ਦੋ ਹੀ ਕਣਾ ਮੁਕਾਬਲਾ ਸਾ ਫਿਰ ਪਾਰਟੀ ਵੀ ਕਿਉਂ ਜ਼ਿਆਤੀ ਕੀਤੀ ਸਾਡੇ ਨਾਲ ਜਿਸ ਨਹੀਂ وجہ ਤੋਂ ਅਸਾਂ ਮਜਬੂਰ ਹੋਈ ਇਲੈਕਸ਼ਨ ਲੜਿਆ ਆਜ਼ਾਦ ਅਸੀयत ਨਾਲ ਤੇ ਅੱਥਰਾਂ ਕਾਲੇ ਜਿਹੜੀ ਪਾਰਟੀ ਸੀ ਇਹ ਪੈਸੇ ਦਾ ਤੋਲਣੇ ਲਈ ਬੰਦੀਆਂ ਕੀ ਕਿ ਜ਼ਹਿਰਾ ਜੀ ਗੰਡਾਪੂਰ ਹੋਰ ਉਹਦੇ ਆ ਪਾਕਿਸਤਾਨ ਨੇ ਮਨਿਸਟਰੇ ਹਾ ਉਹਨਾਂ ਨੂੰ ਗੋਡੇ ਡਾਈ ਤੇ ਪੈਸੇ ਕਿੰਦੇ ਅਸਲਾਮੁਅਲੈਕਮ ਨਾਜ਼ਰੀਨ ਮੈਂ ਉਮੀਦ ਕਰਨਾ ਉਸ ਸਾਰੇ ਖਰੀਦਤ ਨਾਲ ਉਸ ਤੋਂ ਅਸਾਂ ਜਾਏ ਵੇ ਜੀ ਅਮਜਦ ਬਾਟਣੇ ਕਰ ਜਿਹੜੇ ਕਾਫੀ ਅਸਤੂ ਬਾਅਦ ਵਾਪਸ ਇੰਗਲੈਂਡ ਚ ਆਏ ਅੱਜ ਉਹਨਾਂ ਨੇ ਗੱਲਾਂ ਬਤਾ ਕਸਾਂ ਦੀ ਸਪੈਸ਼ਲੀ ਜਿਹੜੇ ਆਜ਼ਾਦ ਕਸ਼ਮੀਰ ਦੇ ਜਨਰਲ ਇਲੈਕਸ਼ਨ ਉਹਨਾਂ ਦੇ ਬਾਰੇ ਵਿੱਚ ਵੈਸੇ ਤੇ ਗੱਲਾਂ ਕਾਫੀ ਕੁ ਸੁਣੀਆਂ ਜੀ ਜ਼ੁਬਾਨੀ ਸ਼ਬਾਨੀ ਮਗਰ ਅੱਜ ਤੁਸਾਂ ਇਲੈਕਸ਼ਨ ਦੀ ਕਹਾਣੀ ਸੁਣ ਸੋਜੀ ਅਮਜਦ ਬਾੜਨੇ ਖੁਦ ਉਹਨਾਂ ਦੀ ਜ਼ੁਬਾਨੀ ਅਸਲਾਮੁਅਲੈਕਮ ਭਾਈ ਅਮਜਦ ਕੀ ਹਾਲ ਹੈ ਠੀਕ ਠਾਕ ਹੋ ਵਾਲੇਕਮ ਸਲਾਮ ਭਾਈ ਰਸ਼ੀਦ ਠੀਕ ਠਾਕ ਬਿਹਤਰੀਨ ਤੁਸਾਂ ਸੁਣਾਓ ਠੀਕ ਠਾਕ ਠੀਕ ਠਾਕ ਵਾਪਸੀ ਹੋ ਗਈ ਇਨਸ਼ਾਅੱਲਾ ਬਿਹਤਰੀਨ ਫਸਟ ਕਲਾਸ ਜੀ ਜੀ ਤੇ ਲਖਣਵਾਲੇ ਦੱਸੋ ਜੀ ਕਿ ਤੁਸੀਂ ਅਰੀਜਨਲੀ ਜਿਹੜਾ ਆ ਪੀਟੀਆ ਦੇ ਬੰਦੇ ਹੋ ਬੜੇ ਕਾਫੀ ਅਰਸੇ ਨਾਲ ਕੰਮ ਕਰੀਏ ਪਹਿਲੇ ਆਕੋ ਦੇ ਉਥੋਂ ਨੇ ਪਾਈ ਜਿਹੜੇ ਸਨ ਤਾਂ ਇੱਕਦਮ ਤੁਸੀਂ ਜੀ ਆਜ਼ਾਦ ਉਮੀਦਵਾਰ ਇਹ ਬਹੁਤ ਬੰਦੇ ਪੁੱਛਨੇ ਕਿ ਤੁਸੀਂ ਆਜ਼ਾਦ ਉਮੀਦਵਾਰ ਕਿਹਾਂ ਖਲਤੇ ਹੋ ਇਸ ਨਾਲ ਕੋ ਜਵਾਬ ਦਿਓ ਜੀ ਖਾਸਾ ਇਸਨੇ ਤੇ ਜਨਾਬ ਗੱਲ ਇਹ ਆ ਕਿ ਹਰ ਬੰਦੇ ਕੀ ਲਖਣ ਨਾਲ ਰਾਈਟ ਆ ਪੀਟੀਆ ਜਾਂ ਜਾਦ ਕਸ਼ਮੀਰੀ ਅਸਾਂ ਜਿਹੜਾ ਇਸਲਾਮਾਬਾਦ ਦੇ ਇਮਰਾਨ ਖਾਨ ਨੇ ਪੀਟੀਆਈ ਆਜ਼ਾਦ ਕਸ਼ਮੀਰ ਦਾ ਐਲਾਨ ਕੀਤਾ ਉਹ ਮਾਸਟਰ ਲਿਆਕਤ ਐਡਵੋਕੇਟ ਵਾਹਿਦ ਬੰਦਾ ਆ ਜਿਹੜਾ ਛਤਰੂ ਤੋਂ ਡੜਿਆਲ ਚੂ ਗਿਆ ਸਾ ਪੀਟੀਆਈ ਨੇ ਅਸਾਂ ਬੁਨਿਆਦ ਰੱਖੀ ਸੀ ਔਰ ਸਾਲਾ ਹੱਕ ਸਾ ਕਿ ਅਸਾਂ ਇਲੈਕਸ਼ਨ ਲੜਾਂ ਮੈਂ ਅਰਸਾ ਦਰਾਜ਼ ਤੋਂ ਬੈਰਿਸਟਰ ਸੁਲਤਾਨ ਮਾ ਮੁਚੋਦਰੀ ਨਾਲ ਟੁਰੀ ਰਿਆਂ ਵੀ ਪੰਜੀ ਸਾਲ ਤੋਂ ਅਸਾਂ ਟਿਕਟ ਵਾਸਤੇ ਅਪਲੀਕੇਸ਼ਨ ਦਿੱਤੀ ਤਰੀਆਂ ਬੰਦਿਆਂ ਔਰ ਦੋ ਬੰਦੇ ਖਾਨ ਜ਼ਫਰ ਉਸ ਕੋਲ ਪੁੱਛਿਆ ਗਿਆ ਪਾਲਮਾਨੀ ਪਾਰਟੀ 'ਚ ਉਸ ਵੀ ਇਹ ਗੱਲ ਆਹੀ ਕਿ ਅਗਰ ਮਿੱਕੀ ਨਾ ਟਿਕਟ ਦੇਣੀ ਹੋ ਤਾਂ ਲਿਆਕਤ ਕੀ ਦੀਓ ਦੋ ਇੱਕ ਨਾ ਮੁਕਾਬਲਾ ਸਾ ਫਿਰ ਪਾਰਟੀ ਵੀ ਕਿਉਂ ਜ਼ਿਆਤੀ ਕੀਤੀ ਸਾਡੇ ਨਾਲ ਜਿਸਨੀ ਵਜ੍ਹਾ ਤੋਂ ਅਸੀਂ ਮਜਬੂਰ ਹੋਈ ਇਲیکشن ਲੜਿਆ ਆਜ਼ਾਦ ਅਸੀਅਤ ਨਾਲ ਤੇ ਅੱਥਰਾਂ ਖਾਲੇ ਜਿਹੜੀ ਪਾਰਟੀ ਸੀ ਇਹ ਪੈਸੇ ਦਾ ਤੋਲਣੀ ਲਈ ਬੰਦੀਆਂ ਕਿ ਜੈਨਾ ਜੀ ਇਹ ਗੰਡਾਪੂਰ ਹੋਰ ਉਹ ਜਿਹੜੇ ਆ ਪਾਕਿਸਤਾਨ ਦੇ ਮਨਿਸਟਰ ਹੈ ਉਹਨਾਂ ਨੂੰ ਗੋਡੇ ਡਾਈ ਤੇ ਪੈਸੇ ਕਿੰਦੇ ਨਾ ਕਿ ਮਾਸਟਰ ਲਿਆਕਤ ਉਹ ਇੱਕ ਅਨਸਟ ਹਾਰਬਰਕਰ ਅਸੀਂ ਜਾਣਦੇ ਸਾਡੇ ਗ੍ਰਾਂਡ ਦੇ ਬੰਦੇ ਔਰ ਹਮੇਸ਼ਾ ਕੰਮ ਕਰਨੇ ਰਹੇ ਕਾਫੀ ਸੋਸ਼ਲ ਕੰਮ ਵੀ ਨਾ ਕੀ ਤਾਂ ਉਹਨਾਂ ਨੇ ਉਸੇ ਕੋਈ ਵੈਲਿਊ ਨਹੀਂ ਰੱਖੀ ਮੈਂ ਦਾਅਵੇ ਨਾਲ ਆਖੀ ਸਕਣਾ ਆ ਕਿ ਮਾਸਟਰ ਯੋਗਤਾ ਤੋਂ ਨਾ ਕੋਈ ਰਿਸ਼ਵਤ ਕਿੰਦੀ ਤੇ ਨਾ ਹੀ ਦਿੱਤੀ ਨੇ ਔਰ ਅਸਾਂ ਟਿਕਟ ਵਸਤਾ ਦੇਲਾ ਤੁਸਾਂ ਪੁੱਛਿਆ ਕਿ ਟਿਕਟ ਤੁਸਾਂ ਕੀ ਮਸਲ ਨਕੀ ਆਜ਼ਾਦ ਅਸੀਂ ਇਹਨਾਂ ਲੋ ਇਹ ਅਸਲੀ ਚ ਪਾਰਟੀਆਂ ਵੀ ਉੱਥੇ ਜਮਹੂਰੀਅਤ ਕੋਣੀ ਨਾ ਜੀ ਦੇ ਤੁਸਾਂ ਬਾਜ਼ اوقات ਤੁਸਾਂ ਆਪਣਾ ਹੱਕ ਕਿ ਨਹੀਂ ਦੱਕ ਨਾ ਪੈਣਾ ਅਸਾਂ ਕੋਸ਼ਿਸ਼ ਕੀਤੀ ਜਿਸ ਨੇ ਜਸਾ ਨਾਕਾਮ ਹੋਇਆ ਭਾਏ ਹਲਕਾ ਨਮਰਿਕ ਡੜਿਆਲੀ ਚ ਬਲਕਿ ਆਜ਼ਾਦ ਕਸ਼ਮੀਰ ਦੇ ਪੂਰੇ ਵਿੱਚ ਹੀ ਆ ਕਿ ਜਿਹੜੀ ਪਾਰਟੀ ਪਾਕਿਸਤਾਨੀ ਚੋਸੀ ਉਸ ਕੀ ਲੋਕ ਵੋਟ ਦੇਣੇ ਆ ਬੰਦੇ ਕਿ ਨਹੀਂ ਦੇਣੇ ਮਸਲਨ ਇਸ ਨੀ ਵਜ੍ਹਾ ਤੋਂ ਸਾੜਾ ਤਜਰਬਾ ਨਾਕਾਮ ਹੋਇਆ ਤਾਂ ਇਨਸ਼ਾਅੱਲਾ ਬਿਹਤਰ ਹੋਸੀ ਪਾਰਟੀ ਵਿੱਚ ਆ ਅਸਾਂ ਇਸ ਵਕਤ ਜੀ ਪਾਰਟੀ ਨੂੰ ਸਪੋਰਟ ਕਰ ਰਹੇ ਆ ਤਾਂ ਮਗਰ ਮਾਸਟਰ ਯਾਕੂਦ ਵੀ ਆਣੇ ਅਸਾਂ ਕੰਮ ਆਪਣਾ ਜਾਰੀ ਰੱਖਸਾਂ ਨਾ ਜਿੱਤਣੇ ਬਾਅਦ ਵਿੱਚ ਗੱਲ ਹੈ ਮੇਰੇ ਕੋਲ ਅਸਾਂ ਕੰਮ ਆਪਣਾ ਜਾਰੀ ਰੱਖਸਾਂ ਹਾਂ ਤੇ ਜਦੋਂ 25 ਜੁਲਾਈ ਇਲੈਕਸ਼ਨ ਹੋਏ ਅਸੀਂ ਰਾਤੀ ਰਿਜ਼ਲਟ ਲਭਾ ਸਵੇਰ ਦੇਣਾ ਲਿਆਕਤ ਕਚੈਰੀ ਵਿੱਚ ਸੇ ਲੋਕਾਂ ਨੇ ਕੰਮ ਕਾਜ ਮਸਲਨ ਉਸੇ ਦਿਹਾ ਅਸੀਂ ਸ਼ੁਰੂ ਕਰੀ ਦਿੱਤੇ ਅਸੀਂ ਇਸ ਵਕਤ ਵੀ ਲੋਕ ਅਛਨੇ ਹਸਾ ਜਿਹੜਾ ਛੋਟਾ ਮੋਟਾ ਔਰ ਮੈਂ ਆਖੀ ਸਕਣਾ ਕਿ ਲਿਆਕਤ ਕੋਈ ਐਜ਼ ਅ ਵਕਾਲਤ ਕੋਈ ਪੈਸਾ ਨਹੀਂ ਲੋਕਾਂ ਨੇ ਫਰੀ ਜਾਇਜ਼ ਜਿਹੜਾ ਕੰਮ ਆ ਜਾਇਜ਼ ਫਰੀ ਕੰਮ ਕਰਨੇ ਜੀ ਆ ਜੀ ਕਚੈਰੀ ਜੋਰ ਖਾਸ ਕਰਕੇ ਓਵਰਸੀਜ਼ ਲੋਕਾਂ ਕਾ ਮੈਂ ਅਪੀਲ ਕਰ ਰਹਾ ਆ ਦੇ ਤੁਸਾਂ ਛੋਟੀ ਮੋਟੀ ਪ੍ਰੋਬਲਮ ਐ ਤੈ ਤੁਸਾਂ ਉਥਾ ਲਿਆਕ ਸਾਲਾ ਘਾਰ ਵੀ ਛਤਰੋ ਆ ਤੈ ਬਾਕੀ ਤੇ ਦਿਆਲ ਸਾਲਾ ਦਫਤਰ ਆ ਤੁਸਾਂ ਜੋ ਫਰੀ ਲੋਕਾਂ ਨੇ ਕੰਮ ਕਰਸਣ ਲਿਆਕਤ ਅਲੀ ਐਡਵੋਕੇਟ ਮਗਰ ਅਮਜੇ ਸਾਹਿਬ ਜਿਹੜੀ ਗੱਲ ਐ ਕਿ ਜਿਹੜੇ ਇੱਕ ਗਰੇ ਪੈਸੇ ਲਈ ਟੋਲੀ ਦੇ ਟਿਕਟ ਦੇਣੇ ਰਸਣ ਤੇ ਜਿਹੜੇ ਬੰਦੇ ਖਾਲਸ ਕੰਮ ਕਰਨ ਵਾਲੇ ਪਾਰਟੀਆਂ ਦੇ ਲੋਗ ਹਨ ਉਹਨਾਂ ਨਾਲ ਕਿਆ ਬਣਸੀ ਜੀ ਇਹ ਤਾਂ ਫਿਰ عوام ਕੀ ਵਿਚਾਈ ਨਾ ਆ 6 ਲੋਕਾਂ ਨੂੰ منتخب ਕਰਨ ਹੁਣ ਤਿੰਨ ਚਾਰ ਮਹੀਨੇ ਹੋ ਗਏ ਜਿਹੜਾ ਸਾਡਾ ਮੈਲੇ ਆ ਮੈਂ ਤ ਉਸੇ ਤੱਕੇ ਹੀ ਨਹੀਂ ਡੜਿਆਲ ਅਸਾਂ ਇਹ ਕੰਪਨੀ ਵਿੱਚ ਆਖੀ ਰਹੇ ਆ ਕਿ ਤੁਸੀਂ ਮੁਕਾਮੀ ਬੰਦੇ ਕੀ ਚਲੋ ਜਿਹੜਾ ਵੀ ਕੋਈ ਹੋਣਾ ਡੜਿਆਲ ਨੇ ਰਹਿਣ ਵਾਲੇ ਕੀ ਬੰਦੇ ਕੀ ਮਨਤਖੀਬ ਕਰੋ ਰਹਿਣੇ ਹੋ ਤੁਸੀਂ ਫਿਰ اسلام آباد ਤੋ ਤੁਸਾਂ ਨੇ ਮਸਾਇਲ ਤੇ ਨਹੀਂ ਨਾਲ ਹੋਣੇ ਮਸਾਇਲ ਉਹ ਹਾਲ ਕਰ ਸਕਣਾ ਜਿਹੜਾ ਡੜਿਆਲ ਰੇ ਸੀ ਤੁਸੀਂ ਛੋਟਾ ਮੋਟਾ ਕੰਮ ਮਸਲਾਣਾ ਤਾਂ ਬਾਕੀ ਗੌਰਮੈਂਟ ਨੇ ਜਿਹੜੇ ਵੱਡੇ ਪ੍ਰੋਜੈਕਟ ਹੋਣੇ ਸੜਕਾਂ ਹੋਈਆਂ ਜਾਂ ਹੋਰ ਕੋਈ ਮਸਲਾ ਸਕੂਲਾਂ ਇਹ ਰੋਟੀ ਨੇ ਮੁਤਾਬਕ ਹੋਣੇ ਰਹਿਣੇ ਤਾਂ ਪਹਿਲੇ ਵੀ ਹੋਏ ਨੂਨ ਲੀਗ ਨੇ ਦੋ ਰਿਚੀ ਹੋਣ ਵੀ ਜਿਹੜੇ ਉਹ ਸੁਣ ਲਖਨ ਦੇ ਆਮ ਆਦਮੀਆਂ ਕੇ ਰੀਲੀ ਖੋਚਣਾ ਉਹ ਡਿਡਿਆਲ ਬੰਦਾ ਤੇਰਾ ਰਹਿਣਾ ਉਸ ਕੀ ਤੁਸਾਂ ਮੁੰਤਖਬ ਕਰਿਆ ਕਰੋ ਤੇ ਇਹ ਕਹਿ ਸਮਝੇ ਤੁਸੀਂ ਕਿ ਉਹ ਨਾ ਟਿਕਣ ਨਹੀਂ ਦਿੱਤਾ ਜੀ ਕਿ ਉਸ ਕਮਜ਼ੋਰ ਸੇ ਪੈਸੇਦਾਰੋਂ ਜਾਂ ਕੋਈ ਕਹਿ ਵਜ੍ਹਾ ਸੀ ਨੇ ਯਸਲੀ ਚ ਸਾਢੇ 1 ਰੁਝਾਨ ਆਜ਼ਾਦ ਕਸ਼ਮੀਰ ਨਾਲ ਜਿਸ ਕੋਲ ਪਾਕਿਸਤਾਨ ਅਕਤਦਾਰ پارٹی ਨਾਮਸਨ ਪੀਟੀਆਈ ਇਮਰਾਨ ਖਾਨੀਓ ਕੋ ਮਤਾ ਉਹ ਜਿਸ ਕੀ ਟਿਕਟ ਦੇਣੀ ਅਗਰ ਅਸਾਂ ਕੀ ਟਿਕਟ ਦੇਣੇ ਸੇ ਪੀਟੀਆਈ ਨਾ ਅਸਾਂ ਸੋਹਲ ਵਿਨ ਹੋਈ ਜਾਣਾਲ ਇਹ ਜੀ ਸਾਹਬ ਆਜ਼ਰ ਸਾਦਕ ਆਜ਼ਰ ਸਾਦਕ ਕੀ ਟਿਕਟ ਲੱਭਾ ਉਸਨੇ ਗੁੱਡ ਲੱਕ ਸੀ ਤੇ ਉਸ ਕੀ ਉਹ ਵਿਨ ਹੋਈ ਗਿਆ ਪਿਛਲੀ ਤਫਾ ਉਸਨੇ ਅਸਾਂ ਕੋਲ ਨਹੀਂ ਸੀ ਤਾਂ 6000 ਤੋਂ 14000 ਉਤੋਂ ਦਾ ਕੋ ਮਸਹੂਦ ਸਾਹਿਬ 15000 ਤੋਂ 7-8000 ਪਰ ਆਈ ਗਏ ਜੀ ਤੇ ਟਿਕਟ ਨਹੀਂ ਅਸਲੀ ਵੈਲਿਊ ਹੋਇਆ ਸਾਲਾ ਇਹ ਰੁਝਾਨ ਆਜ਼ਾਦ ਕਸ਼ਮੀਰ ਮੇ ਲੋਕਾਂ ਨਾਲ ਜਿਸ ਟਿਕਟੋ ਸੀ ਉਹ منتخب ਹੋ ਗਿਆ ਸੀ ਹਮੇਸ਼ਾ ਸਾਥ ਨਾਲ ਜਲਸੇ ਠੀਕ ਠਾਕ ਹੋਏ ਸਨ ਕੈਂਪੇਨ ਬੜੀ ਹੋਈ ਮੈਂ ਖੁਦ ਅਕਣਾ ਰਿਆਂ ਤੀ ਬੜੀ ਵਾਦੇਸ਼ ਨਹੀਂ ਰਹੀ ਸਨ ਡਿਆਲ ਬੜਾ ਚੰਗਾ ਜਲਸੀ ਹੋਏ ਰੱਟੇ ਚ ਹੋਏ ਮਗਰੇ ਵੋਟ ਤੁਸਾਂ ਦੀ ਮੁਤਾਬਕ ਬਹੁਤ ਥੋੜੀ ਹੋਈ ਇਸਦੀ ਕਾਜਾ ਇਹ ਹੈ ਇਹ ਵੋਟਾਂ ਖਰੀਦੀਆਂ ਗਿਆ ਕਿ ਕੁਝ ਚੱਕਰ ਹੋਇਆ ਕੁਝ ਵਿਚ ਹੋਣਾ ਹੈ ਜੀ ਉਸਨੇ ਜ਼ਰੂਰ ਡੈਫੀਨੇਟਲੀ ਜੀ ਇਹ ਜਲਸੇ ਤੁਸਾਂ ਤੋਂ ਕੋਈ خواتین ਕਾਨਫਰੰਸ ਅਸਾਂ ਲਿਆਕਤ ਕੀਤੀ ਉਹ 700 ਤੋਂ ਜ਼ਾਇਦ خواتین ਸੀ ਉਸਨੇ ਵਿੱਚ ਫਿਰ ਸਾਲਾ ਦੇ ਆਖਰੀ ਜਲਸਾ ਆਇਆ ਉਸਨੇ 17-1800 ਬੰਦਾ ਸਾ ਲਖਨ ਉਸਲੀ ਚ ਤੁਠਾਈ ਮੈਂ ਦਸਾਂ ਕਿ ਜ਼ਿਆਦਾ ਪੈਸੇ ਨਾਲ ਵੀ بڑا ਅਮਲ ਦਾਖਲ ਹੋਣਾ ਤੇ ਇਸਤੇਮਾਲ ਕਰਨੇ ਲੋਕਾਂ ਕੀ ਦੇਣੇ ਵਰਗ ਲਾਣੇ ਔਰ ਜਿਹੜਾ ਫਿਰ ਪਾਕਿਸਤਾਨੀ ਜਿਹੜੀ ਪਾਰਟੀ ਹੈ ਟਿਕਟ ਨਹੀਂ ਬੜੀ ਅਮੀਅਤ ਹੈ ਉਸਨੇ ਵਿੱਚ ਫਿਰ ਉਹ ਜ਼ਿਆਦਾ ਪੈਸਾ ਖਰਚ ਕਰਨਾ ਲੋਕਾਂ ਕੀ ਮਤਲਬ ਹੈ ਬੜੇ ਫਿਰ ਜਿਹੜੇ ਖੜਪੇ ਚ ਉਹਨਾਂ ਹੀ ਦਿੱਤਾ ਜਾ ਉਹ ਲੋਕ ਲੋਕ ਫਿਰ ਸਾਰੇ ਸਾਦੇ ਉਹ ਵੋਟ ਉਸਨੇ ਉਹਨਾਂ ਨੇ ਖੜਪੇ ਚਣੇ ਆਖਰੇ ਦੇਣੇ ਇਸ ਦਾ ਮਤਲਬ ਹੈ ਖਾਲੀ ਫਿਰ ਅਮੀਰਾਂ ਨੇ ਜਿਹੜੇ ਲੋਕ ਬਣਸਨ ਲੀਡਰ ਯਸ ਗਰੀਬਾਂ ਨੂੰ ਬਚਾ 100% ਗੱਲ ਹੈ ਅਮੀਰ ਹੀ ਬਣਸੀ ਗਰੀਬ ਆਦਮੀ ਅੱਗੇ ਨਹੀਂ ਆਈ ਸਕਣਾ ਉਸ ਕੋਲ ਥਾਲੀ ਨਹੀਂ ਮੈਂ ਉਸਨੇ ਗੁੱਡ ਲੱਕ ਹੈ ਸ਼ਾਇਦ ਕੋਈ ਵਕਤ ਅਛਾ ਹੈ ਤੇ ਹੋਈ ਸਕਣਾ ਮੈਂ ਕਹਿੰਦਾ ਜਿਹੜੇ ਵੀ ਆਏ ਪਿੱਛੇ ਹਲਕੇ ਵੰਡਿਆਲ ਦੇ ਬੰਦੇ ਜਿਹੜੇ ਵੀ ਵਜ਼ੀਰ ਬਣਤੇ ਤੁਸਾਂ ਮਿਨਿਸਟਰ ਉਹ ਤੱਕਦਾ ਰਹਿ ਨਹੀਂ ਡਡਿਆਲੀ ਉਹ ਰਹਿ ਨਹੀਂ ਜੀ ਉਹ ਸਮਝ ਨਹੀਂ ਕਰ ਨਹੀਂ ਥਾ ਡਡਿਆਲ ਰਹਿਣਾ ਮਤਲਬ ਹੈ ਤੁਸਾਂ ਤੱਕੋ ਜਿਹੜੇ ਵੀ ਅੱਜ ਤੱਕ ਬਣਤੇ ਪੋਇਸਲਾਮਾਬਾਦ ਤੇ ਮੀਰਪੁਰ ਰਹਿਣੇ ਡਡਿਆਲ ਦੇ ਬੰਦੇ ਕਿ ਲੋਕ ਇਹ ਲੋਕਾਂ ਦੀ ਅਸਲੀ ਚੋਇਸ ਹੈ ਨਾ ਲੋਕ ਵੀ ਇਹ ਜਾਂ ਕੁਝ ਚਾਹਣੇ ਤੇ ਨਹੀਂ ਲੋਕ ਚਾਣੇ ਵੀ ਹੈ ਮਗਰ ਕਈ ਦਮ ਮਜਬੂਰੀ ਵੀ ਹੈ ਸਾਡੇ ਲੋਕ ਜਿਹੜੇ ਖੜਪੇਂਚ ਬਣਤੇ ਵੇ ਗਰਾਹ ਨੇ ਉਹ ਬੋ ਬਠਾ ਗਰ ਕਰੀ ਰਹੇ ਲੋਕ ਡਰਨੇ ਡਰੇ ਲਬਜਾ ਲੋਕ ਉਟਾ ਲੋਕ ਡਰਾਂ ਨਹੀਂ ਵਜਾ ਤੂੰ ਵੀ ਦੇਣੇ ਜੀ ਵੋਟ ਤੇ ਲੋਕ ਕੁਝ ਬਾਦ ਬੰਦੇ ਆਣੇ ਨੇ ਜੀ ਗਰੀਬ ਆ ਗਰੀਬ ਆ ਇਹ ਗਰੀਬ ਮੈਂ ਸਮਝਣਾ ਜੀ ਗਰੀਬ ਕੋਣੀ ਉਹ ਆਪਣੀਆਂ ਹੱਦਤਾਂ ਨਹੀਂ ਵਜਾ ਤੂਏ ਹਮਤਲਬ ਹੈ ਵੋਟ ਤੁਸਾਂ ਅਛੇ ਬੰਦੇ ਨੇ ਕਿਰਦਾਰ ਕੀ ਵੋਟ ਦਿਓ ਜਿਹੜਾ ਤੁਸਾਂ ਨੇ ਉਠਾ ਮੁਕੌਮੀ ਰਹਿ ਡੜਿਆਲ ਤੁਸਾਂ ਜਾਇਰ ਪੁੱਛੋ ਹਰ ਵਕਤ ਪੁੱਛੀ ਸਕਨੇ ਜਮਹੂਰੀਅਤ ਹੀ ਚਾਹ ਕੇ ਤੁਸਾਂ ਹਰ ਵਕਤ ਬੰਦੇ ਕੋਲ ਪੁੱਛੀ ਸਕਨੇ ਉਹ ਮਾੜਾ ਇਹ ਮਸਲਾ ਆ ਮਾੜਾ ਰਾਤੀ ਦਿਹਾੜੀ ਤੇ ਹੁਣ ਉਹ ਲੋਕਾਂ ਜੋ ਕਿ ਤੁਸਾਂ ਤੁਸਾਂ ਜੋ ਕਿ ਜੋ ਕਿਤਾ ਲਖਣ ਵਿੱਚੋਂ ਫਿਰ ਉਸਨੇ ਮੁਤਾਬਕ ਫਿਰ ਰਿਜ਼ਲਟ ਵੀ ਲੱਭਣਾ ਉਹ ਬੰਦੇ ਆ ਆਪਣੇ ਜੀ ਅਸਾਂ ਤਾਂ ਪੈਸੇ ਦੇਈ ਤਾਂ ਵੋਟ ਕਿਨੇ ਆ ਮਗਰ ਪੈਸੇ ਦੇ ਦੇ ਵੋਟ ਦੇਸਾਂ ਜਾਂ ਡਰ ਨਾਲ ਵੋਟ ਦੇਸਾਂ ਤੇ ਮੁਰਖਾ ਦੇ ਲਾਦੇ ਸਨ ਨਹੀਂ ਬਦਲੇ ਜੀ ਨੀ ਕਦਾਂ ਵੀ ਨਹੀਂ ਹੋਣਾ ਤੁਸਾਂ ਦੇਖਣ ਸਟੈਂਡ ਤੇ ਨਾ ਪੈਸੀ ਤੁਸਾਂ ਤਾਂ ਕੋਈ ਸਾਲਾ ਮੁਲਕ ਹਰ ਚੀਜ਼ ਪੈਦਾ ਹੋਣੀ ਜੀ ਮਤਲਬ ਸਾਲਾ ਮੈਂ ਤੁਸੀਂ ਛਤਰੋ ਨਹੀਂ ਮਿਸਾਲ ਦੇਣਾ ਹੈ ਅਸਾਂ ਕੋਲ ਕੋਈ ਸਾਚੀ ਚੀਜ਼ ਨਹੀਂ ਕਮੀ ਨਹੀਂ ਕਮੀ ਹੈ ਤੇ ਇਨਸਾਫ ਨਹੀਂ ਕਮੀ ਹੈ ਮਤਲਬ ਹੈ ਅਸਾਂ ਆਪਣੇ ਦਫੂ ਸਟੈਂਡ ਕਿੰਦਾ ਜੀ ਇਲੈਕਸ਼ਨ ਦੀ ਮੈਦਾਨ ਚ ਰਿਆਂ ਅਗਾ ਲੋਕਾਂ ਦੀ ਜ਼ਿੰਮੇਵਾਰੀ ਸੀ ਵੋਟ ਦੇਣਾ ਨਾ ਦੇਣਾ ਜੀ ਅਸਾਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕੀਤੀ ਉਹ ਲੋਕਾਂ ਨੇ ਅੱਜ ਵੀ ਅਸਾਂ ਮਸਾਇਲ ਛੋਟੇ ਮੋਟੇ ਜਿਹੜੇ ਜਾਇਜ਼ ਹੈ ਹੱਲ ਕਰਨੇ ਆ ਤੇ ਇਨਸ਼ਾਅੱਲਾ ਕਰਸਾ ਕਰ ਤਾ ਆਪਣੇ ਇਲਾਕਾ ਚੁਤਰੇ ਲਿਆ ਨਾ ਦਕਾਂ ਜੀ ਦਾ ਤੁਹਾਨੂੰ ਲੋਕਾਂ ਕੀ ਸੰਗੀ ਮਜੂਸ ਕੀਤਾ ਕਿ ਕੁਝ ਤੁਹਾਨੂੰ ਲੋਕਾਂ ਨਾਲ ਕੋਆਪਰੇਟ ਕੀਤੀ ਲੋਕਾਂ ਸੇ ਦਿੱਤੀ ਵੋਟ ਲੋਕਾਂ ਚਤਰੋਂ ਨੇ ਲੋਕਾਂ ਸਾਣੇ ਨਾਲ ਬੂਹ ਤਾਵਨ ਕੀਤਾ ਜੀ ਤਾਂ ਕੁਝ ਸੀ ਵੀ ਥੇੜੇ ਕਾ ਯਾ ਤਾਂ ਲੱਖ ਲੱਖ ਨਾ ਖੇਲੀ ਚ ਤਾਂ ਹੁਣ ਉਹ ਆਪੂ ਕਨਿਆ ਤੱਕ ਤੱਕਿਆ ਤੱਕੀ ਕੇ ਇਨਸਾਨ ਕਿ ਉਹਨਾਂ ਜਿਹੜਾ ਫੈਸਲਾ ਕੀਤਾ ਉਹ ਠੀਕ ਸਾ ਯਾ ਗਲਤ ਜੀ ਇਹ ਤਾਂ ਤਰੀਆਂ ਚੋ ਸਾਲਾਂ ਤੋਂ ਬਾਅਦ ਰਿਜ਼ਲਟ ਲਿਖਣਾ ਜੀ ਮਗਰ ਖਾਦਾਂ ਬਾਅਦ ਮੈਂ ਦੇਖਿਆ ਤੁਹਾਨੂੰ ਕਾਫੀ ਬੰਦੇ ਜਿਹੜਾ ਆ ਸਪੋਰਟ ਕਰਨੇ ਸੇ ਕਾਫੀ ਲੋਕਾਂ ਸਾਂ ਕਿ ਸਪੋਰਟ ਦਿੱਤੀ ਨੇ ਨਹੀਂ ਆਖਰੀ ਦੋਤਿਆਂ ਵੀ ਕਾਜੋ ਵੀ ਕੁਝ ਐਸੇ ਮਤਲਬ ਸਾੜੇ ਨਾਲ ਵੀ ਰੇ ਕੋਈ ਇਨੀ ਕੇ ਅਸਲੀ ਚ ਕਨ ਉੱਥਾ ਅਸਲੀ ਸਿਸਟਮ ਹੋਰ ਸਾ ਕੁਝ ਬੜਾ ਉੱਥਾ ਖਰਾਬੀਆਂ ਐ ਅਸਲੀ ਸਿਸਟਮ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨਰ ਵੀ ਇਹ ਹਮੇਸ਼ਾ ਸਾਹਿਬ ਕਿ ਤੁਸਾਂ ਐਕਸਪੀਰੀਅੰਸ ਹੋਈ ਕਿ ਅੱਜ ਦਫਾ ਇਲੈਕਸ਼ਨ ਕੈਂਪੇਨ ਹੈ ਆਬੀਸਲੀ ਤੁਸਾਂ ਜਿਹੜਾ ਕੈਂਪੇਨ ਕੀਤਾ ਕੋਈ ਇਹ ਇਤਨਾ ਈਸਾਨ ਕੰਮ ਨਹੀਂ ਮਜ਼ਦੂਰ ਬੰਦੇ ਵਸਤਾ ਹੈ ਤੇ ਇਹ ਸੋਕਿਆ ਸਿੱਖਿਆ ਕਿ ਕਿਸੇ ਤਬਦੀਲੀ ਸੀ ਜਾਂ ਕਿਸੇ ਬੰਦੇ ਜਿਹੜਾ ਆ ਨਵੇਂ ਬੰਦੇ ਚੁਰਾ ਜੇ ਬੰਦੇ ਜਿਹੜੇ ਅਛਨੇ ਜਾਣੇ ਸਿਆਸਤ ਦੀ ਉਹ ਕਿਸੇ ਅਛਣ ਦਾ ਕਿ ਇਹਨਾਂ ਇੱਕ ਬੜਿਆਂ ਦੀ ਰਿਛਾਂ ਕੀ ਜੜਾ ਆ ਪਰ ਇਸ ਟਨ ਮਗਾ ਕੋਸ਼ਿਸ਼ ਕਰਨੀ ਚਾਹੀਨੀ ਅਸਾਂ ਕੋਸ਼ਿਸ਼ ਕੀਤੀ ਇਲੈਕਸ਼ਨ ਵਿੱਚ ਅਸਾਂ ਹਰ ਜਗ੍ਹਾ ਗਏ ਆ ਜਿਤਨੇ ਇਲੈਕਸ਼ਨ ਨੇ ਲਵਾਜ਼ਮਾ ਤੇ ਅਸਾਂ ਪੂਰੇ ਕੀਤੇ ਤੱਕ ਉਹ ਅਸਾਂ ਕਿਸੇ ਚੀਜ਼ ਨਹੀਂ ਕਮੀ ਨਹੀਂ ਮਤਲਬ ਹੈ ਸਾਲੇ ਦੋਸਤ ਯਾਰ ਮਾਲੇ ਪਿਆਣਾ ਭਰਾ ਔਰ ਬਰਾਦਰੀ ਕਬੀਲਾ ਖਵੇਸ਼ ਅਸਾਂ ਹੀ ਮਾਲੀ ਲਿਆਦ ਨਾਲ ਨਹੀਂ ਅਸਾਂ ਕਮੀ ਨਹੀਂ ਛੰਨ ਦਿੱਤੀ ਠੀਕ ਹੈ ਅਸਾ ਮਤਲਬ ਹੈ ਹਰ ਚੀਜ਼ ਪੂਰੀ ਕੀਤੀ ਅਗਰ ਲੋਕਾਂ ਨੂੰ ਜ਼ਿੰਮੇਵਾਰੀ ਸੀ ਵੋਟ ਸ਼ੂਟ ਦੇਣਾ ਉਹਨਾਂ ਜੋਰ ਦਾ ਫੈਸਲਾ ਕੀਤਾ ਬਿਹਤਰ ਕੀਤਾ ਤਾਂ ਤਕੋ ਅਗਰ ਇਹ ਪੀਟੀਆ ਨਹੀਂ ਗੌਰਮਿੰਟ ਕਾ ਕਰੀ ਰਹੀ ਜਿਹੜੀ ਵੀ ਪਾਰਟੀ ਖੱਲੀ ਜੀ ਇਲੈਕਸ਼ਨ ਵਾਸਤੇ ਸਾਰੇ ਚਲੋ ਅਜ਼ਾਦ ਜੰਮੂ ਕਸ਼ਮੀਰ ਵੀ ਜਾਂ ਕੋਸਾ ਇਲਾਕੇ ਜੀ ਇਹ ਟਿਕਟਾਂ ਦੀ ਜਿਹੜੀ ਕਤੀ ਨੇ ਤੁਸਾਨੀ ਕਿ ਕੁਝ ਡਿਸਾਈਡ ਕੀਤਾ ਜੀ ਕਿ ਕਿਹੜੇ ਬੰਦੇ ਟਿਕਟ ਲਪਣਾ ਚਾਹੀਦਾ। ਇਹ ਕੋ ਬੱਪਾ ਪਾ ਪਾਰਟੀ VOTING ਹੋਣੀ ਹੈ। ਕੈ ਸਿਸਟਮ ਹੈ। ਉਸਨੇ ਚ ਪਾਰਟੀਆਂ ਵਿੱਚ ਭਲਮਾਨੀ ਬੋਰਡ ਬਣਾਇਆ ਜਾਣਾ। ਅੱਛਾ ਜਿਸ ਨੇ ਇੱਕ ਦੋ ਬੰਦੇ ਆਜ਼ਾਦ ਕਸ਼ਮੀਰ ਨੇ ਬਾਕੀ ਸਾਰੇ ਪਾਕਿਸਤਾਨ ਨੇ ਹੀ ਹੋਣੇ। ਹਮ ਤਾਂ ਉਹ ਇੰਟਰਵਿਊ ਕਰਨੇ। ਹਮ ਮਜ਼ਾ ਤੁਸਾਨੀ ਪਿਛਲੀ माजी ਨਾ ਪੁੱਛਣੇ। ਆਲੀਚ ਕਰਸੋ ਕਿਤਨੇ ਪਾਰਟੀ ਕੋਦੂ ਜੁਆਇਨ ਕੀਤੀ ਨੇ। ਹਮ ਹੋਰ ਇਸ ਤਰੀਕੇ ਨਾਲ ਤੇ ਅਸਾਂ ਦਾ ਜਦੋਂ ਆਜ਼ਾਦ ਕਸ਼ਮੀਰੀ ਪੀਟੀਆ ਨੇ ਬੁਨਿਆਦ ਰੱਖੀ ਗਈ ਸੀ ਹੂੰ 7-8 ਸਾਲ ਪਹਿਲੇ ਜੀ ਅਸਾਂ ਦਾ ਸ਼ੁਰੂ ਤੋਂ ਪੀਟੀਆ ਨੂੰ ਲਿਆਕਤ ਵਾਹਿਦ ਬੰਦਾ ਹੈ ਜਿਹੜਾ ਇਸਲਾਮਾਬਾਦ ਗਿਆ ਸਾ ਪਾਰਟੀ ਜੁਆਇਨ ਮਸਲਾ ਰਸਲਾ ਕੀਤੀ ਸੀ ਜੀ ਇਹ ਗਿਲਾ ਤੁਸੀਂ ਉਹਨਾਂ ਵੈਸੇ ਹੈ ਠੀਕ ਆ ਮਗਰ ਇਹ ਗਿਲਾ ਜਿਹੜੇ ਪਾਕਿਸਤਾਨ 'ਚ ਓਰੀਜਨਲ ਜਿਹੜੀ ਪੀਟੀਆ ਉਹਨਾਂ ਨਾਲ ਵੀ ਗਿਲਾ ਇਸ ਤਰ੍ਹਾਂ ਹੀ ਆ ਉੱਥੇ ਵੀ ਜਿਹੜੇ ਤੱਕੋਣਾਂ ਜਿਹੜੇ ਬੰਦੇ ਬੈਠੇ ਹੋਏ ਪਾਕਿਸਤਾਨ ਵਿੱਚ ਵੀ ਪੀਟੀਆ ਨੇ ਕਿਵਿ ਨਹੀਂ ਤੇ ਦੂਆ ਪਾਰਟੀ ਦੇ ਬੰਦੇ ਉਹ ਵੀ ਇਹ ਹੀ ਗੱਲ ਕਰਨੀ ਅਸਲੀ ਚ ਪਾਰਟੀਆਂ ਵਿੱਚ ਫਿਰ ਬਾਅਦ ਹੀ ਜੋ ਬਲੈਕਮੇਲਿੰਗ ਸ਼ੁਰੂ ਹੋਈ ਜਾਣੀ ਜੀ ਕਾਰਕੁਨਾ ਹੀ ਵਕਤੀ ਤੌਰ ਪਰ ਤਾਂ ਇਸਤੇਮਾਲ ਕੀਤਾ ਜਾਣਾ ਜੀ ਉਥਾ ਜਮਹੂਰੀਅਤ ਨਾ ਤਾਂ ਆਪਣੇ ਜਮਹੂਰੀਅਤ ਲੱਖ ਜਮਹੂਰੀਅਤ ਕੋਈ ਨਹੀਂ ਨਾ ਉਸ ਮੁਲਕਾ ਵਿੱਚ ਜੀ ਜੀ ਬਿਲਕੁਲ ਉਸ ਜਮਹੂਰੀਅਤ ਬਿਲਕੁਲ ਨਹੀਂ ਕਹਨਾ ਕਿਉਂਕਿ ਅਗਰ ਜਮਹੂਰੀਅਤ ਹਣੀ ਸਿੱਧਾ ਅਸਾਂ ਖਾਨ ਜ਼ਫਰ ਕੋਲੋਂ ਦਿਲਾਂ ਪੁੱਛਿਆ ਸੀ ਨੇ ਕਿ ਤੂੰ ਕੀ ਅਗਰ ਟਿਕਟ ਨਾ ਦਿੱਤਾ ਜਾ ਤਾਂ ਕੁਛ ਕੀ ਦਿਹਾ ਇਨਾਂ ਦੋ ਵਿੱਚੋਂ ਖਾਨ ਜ਼ਫਰ ਨੇ ਇਲਫਾਜ਼ੇ ਕਿ ਲਿਆਕਤ ਕੀ ਟਿਕਟ ਦਿਓ ਦੋ ਇੱਕ ਨਾ ਮੁਕਾਬਲਾ ਹੋ ਗਿਆ ਜੇ ਜੇ ਅਗਰ ਜਮਹੂਰੀਅਤ ਹੋਣੀ ਸੀ ਤਾਂ ਟਿਕਟ ਲਿਆਕਤ ਨਾ ਸਾ ਜੀ ਤਾਂ ਮੇਰੇ ਖਿਆਲ ਇਹ ਜਨਾ ਇੱਕੇ ਵਜ੍ਹਾ ਜਿਹੜੀ ਉਹ ਔਨਸਟੇ ਪਰ ਲਿਆਕਤ ਉਹ ਇਹ ਖਾਰ ਵਰਕਿੰਗ ਹੈ ਤੇ ਉਸ ਮੁਲਕੇ ਜਮਿਗੀ ਸ਼ਾਕ ਇਨਾਂ ਬੰਦਿਆਂ ਕੀ ਇਡੀ ਟਿਕਟ ਲਓ ਇਹ ਤਾਂ ਆਮ ਜੀ ਗੱਲਾਂ ਨਾ ਉਥਾਂ ਇਮਾਨਦਾਰ دیਾਨਦਾਰ ਖੁਦਾਰ ਹੋਣਾ ਮਦਰਾ ਇਤਰਾ ਵੀ ਨਹੀਂ ਹੋਣਾ ਚਾਹੀਦਾ ਜੀ ਜੀ ਕਿ ਇਲੈਕਸ਼ਨ ਤੁਸੀਂ ਲੜੋ ਤਾਂ ਲਿਆਕਤ ਇੱਕ ਜ਼ਿੰਮੇਦਾਰ ਔਰ ਖੁਦਾਰ ਆਦਮੀ ਆ ਜੀ ਤਾਂ ਉਸ ਕੋਲ ਤਾਂ ਉਸ ਸਾਲਾ ਉਹ ਦਿਨਾਂ ਪਾਲਮਾਨੀ ਵਾਲੇ ਪਾਰਟੀ ਵਾਲਿਆਂ ਪੁੱਛਿਆ ਕਿ ਤੁਸੀਂ ਅਗਰ ਟਿਕਟ ਨਾ ਦਿਓ ਤਾਂ ਤੁਸੀਂ ਇਲੈਕਸ਼ਨ ਕਾ ਲੜਸੋ ਨਾ ਲੜਨ ਲਿਆ ਕਿ ਤਾਂ ਉਸ ਸਾਲਾ ਆਖਿਆ ਮੈਂ ਲੜਸਾ ਆਜ਼ਾਦ ਸਿਹਤ ਨਾਲ ਵੀ ਜੀ ਔਰ ਵੈਦ ਬੰਦਾ ਆਜ਼ਾਦ ਕਸ਼ਮੀਰ ਵਿੱਚ ਪਾਕਿਸਤਾਨੀ ਪਾਰਟੀ ਵਿੱਚ ਨੋ ਬੰਦਿਆਂ ਨੇ ਸਾਹਮਣੇ ਆਇਆ ਕਿ ਮੈਂ ਇਲੈਕਸ਼ਨ ਮੀ ਟਿਕਟ ਦਿਓ ਅਗਰ ਨੋ ਦੇਣੇ ਤਾਂ ਮੈਂ ਇਲੈਕਸ਼ਨ ਲੜਸਾ ਹੂੰ 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 ਤਾਂ ਠੀਕ ਹੈ ਨਾ ਮਤਲਬ ਹੈ ਉਹਨਾਂ ਨੇ ਇੱਕ ਜਿਹੜਾ ਆ ਮਤਲਬ ਸੱਚ ਬੋਲਿਆ ਨੇ ਬਿਲਕੁਲ ਬਿਲਕੁਲ ਇਸਾ ਗੱਲਾਂ ਤੋਂ ਜ਼ਿਆਦਾ ਉਹ ਜ਼ਿਆਦਾ ਮਸਲੇ ਆਖੋ ਤੇ ਇਸ ਗੱਲ ਮਸ਼ਹੂਰ ਹੈ ਜਿਹੜੀ ਉਹਨੇ ਗੱਲ ਹੋਣੀ ਅੱਖ ਸੱਚ ਨਹੀਂ ਹੋਣੀ ਉਹ ਨਾ ਖਿਆਲ ਸੰ ਲਖਣ ਹਰ ਸੂਰਤ ਦੀ ਲੜਸਾਂ ਮੇਕਰ ਕੋਨ ਨਾਲ ਵੇਦਾ ਗਿਤਾਵਾ ਜੀ 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 ਪਈ ਉਹ ਜਿਹੜੀ ਕਿਹੜਾ ਆਮ ਨਦੀਹਾੜੀਆਂ ਜਿਹੜਾ ਛੁਤਰੋ ਜਿਹੜਾ ਹਾਈ ਸਕੂਲ ਹੈ ਉੱਥੇ ਜਿਹੜਾ ਜਿਹੜਾ ਨਾਂ ਮਾਸਟਰ ਗੁਲਾਮ ਸਰਵਰ ਨਾਲ ਲਿਖਿਆ ਗਿਆ ਜਿਹੜੇ ਤੁਸਾਂ ਨੇ ਸਦਾਰ ਵੀ ਸੇ ਨਾ ਮਾੜੇ ਚਾਚਾ ਸੀ ਜੀ ਚਾਚਾ ਸੀ ਉਹਨਾਂ ਨਾਂ ਉੱਪਰ ਉਹ ਛੁਤਰੋ ਸਕੂਲ ਰੱਖਿਆ ਗਿਆ ਕਿਆ ਖਿਆਲ ਇਸਨੇ ਬਾਰੀ ਤੁਸਨ ਇਹ ਮਾਰੇ ਚਾਚੇ ਮਾਸਟਰ ਮੁਹੰਮਦ ਚੌਧਰੀ ਸਰਵਰ ਸਾਹਬ ਨੇ ਬੜੀਆਂ ਸੇਵਾਤਾਂਆਂ ਛਤਰੋ ਚੋ ਅੱਜ ਵੀ ਬੇਸ਼ੁਮਾਰ ਉਹਨਾਂ ਨੇ شاਗਿਰਦੇ ਜਿਹੜੇ ਪੰਜਾਬ ਪੰਜਾਬ 60 60 ਸਾਲੀਂ 올ਡ ਨੇ ਉਮਰ ਹੈ ਤਾਂ ਮਸਹੂਦ ਸਾਹਿਬ ਅਸਲੀ ਚ ਅੱਜ ਤੋ 15 20 ਸਾਲ ਪਹਿਲੇ ਵਹਦਾ ਕੀਤਾ ਸੀ ਕਿ ਮੈਂ ਸਕੂਲਾਂ ਦਾ ਨਾਂ ਰਕਸਾਂ ਚ ਮਸਹੂਦ ਸਾਹਿਬ ਨੇ ਕਿਹਾ ਕਿ ਮਾਰੇ ਚਾਚਾ ਉਸਤਾਦ ਰਹੇ ਤਾਂ ਉਹਨਾਂ ਆਪਣੀ ਗੌਰਮੈਂਟ ਵਿੱਚ ਫਿਰ ਆਖਰੀ ਦਿਹਾੜੀਆਂ ਵਿੱਚ ਇਹ ਸਕੂਲ ਦਾ ਨਾਮ ਚੌਧਰੀ ਸਰਵਰ ਰਿਹਾ ਤਾਂ ਉਹਨਾਂ ਨੇ ਥੈਂਕ ਯੂ ਵੈਰੀ ਮਚਾ ਤੇ ਇਹ ਉਹ ਮਤਲਬ ਕਿਥਾ ਨਾਰਕ ਤੋਂ ਚਤਰੋ ਸਕੂਲ ਕਿ ਉਹਨਾਂ ਦਾ ਨਾਮ ਚੌਧਰੀ ਮੁਹੰਮਦ ਸਰਵਰ ਹਾਈ ਸਕੂਲ ਚਤਰੋ ਉਹ ਗਿਆ ਜਿਹੜਾ ਬੋਰਡ ਉੱਪਰ ਲਿਖਿਆ ਹੋਇਆ ਜੀ 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 ਉਸ ਦੇ ਮੁਤਾਬਕ ਉਹ ਨਾ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਗਵਰਨਮੈਂਟ ਦੀ ਤਰਫੋਂ ਇਹ ਉਹਨਾਂ ਭਾਈ ਅਮਜਦ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਕੱਢਿਆ ਜੀ ਸਾ ਗੱਲਬਾਤ ਕੀਤੀ ਅਿੰਦਾ ਇਨਸ਼ਾਅੱਲਾ ਤੁਸਾਂ ਗੱਲਬਾਤ ਹੋਣੀ ਰਹੀ ਰਹੀ ਸਪੈਸ਼ਲੀ ਜਿਹੜਾ ਆ ਸਾਡੇ ਇਲਾਕੇ ਇਸ ਇਲਾਕੇ ਦੀ ਸਿਆਸਤ ਉੱਪਰ ਕੋਈ ਇਸ਼ੂ ਹੈ ਕੋਈ ਅਸੀਂ ਗੱਲ ਵੈਸੜੇ ਗੱਲਬਾਤ ਹੋਣੀ ਰਹੀ ਦੇਖ ਸੀ ਤੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ ਐ ਪਾਰਟਿਸ ਥੈਂਕ ਯੂ ਵੈਰੀ ਮਚ ਤੁਸਾਨੂੰ ਜਿਹੜੇ ਇਥਾ ਆਇਓ ਇੰਟਰਵਿਊ ਕੀ ਨਾਲੇ ਤੇ ਅੱਲਾਹ ਪਾਕ ਤੁਸਾਈਂ ਕਾਮਯਾਬ ਕਰੇ ਸੋਸ਼ਲ ਮੀਡੀਆ ਚ ਇਲੈਕਟ੍ਰੋਨਿਕ ਮੀਡੀਆ ਚ ਪ੍ਰੈਟ ਮੀਡੀਆ ਚ ਤਾਂ ਮੈਂ ਸਾਰਿਆਂ ਆਪਣੀਆਂ ਦੋਸਤਾਂ ਯਾਰਾਂ ਕੀ ਜਿੱਥਾ-ਜਿੱਥਾ ਮਾਰੀ ਆਵਾਜ਼ ਜਾ ਰਹੀ ਉਹਨਾਂ ਗਾ ਰਿਕਵੈਸਟ ਕਰ ਰਹਾ ਕਿ ਤੁਸਾਨੂੰ ਇਹ ਚੈਨਲ ਸਬਸਕ੍ਰਾਈਬ ਕਰੋਨ ਤਾਂ ਤੁਸੀਂ ਤਾਂ ਕਿ ਕਸ਼ਮੀਰ ਉੱਪਰ ਵੀ ਕੰਮ ਕਰੀ ਰਹੋ ਇਹ ਤੁਸੀਂ ਨਾਲ ਸੋਸ਼ਲ ਮੀਡੀਆ ਤੇ ਕਸ਼ਮੀਰ ਉੱਪਰ ਵੀ ਲੋਕ ਸੁਣੇ ਜਿਹੜਾ ਇੰਡੀਆਜ਼ ਜ਼ੁਲਮ ਕਰੀ ਰਿਆ ਕਸ਼ਮੀਰੀਆਂ ਉੱਪਰ ਤਾਂ ਕਿ ਜਿੰਨਾ ਸੋਸ਼ਲ ਮੀਡੀਆ ਉੱਪਰ ਹਾਈਲਾਈਟ ਕੀਤਾ ਜਾਸੀ ਇਤਨਾ ਹੀ ਅਸੀਂ ਕਸ਼ਮੀਰੀਆਂ ਨੂੰ ਫਾਇਦਾ ਹੋਸੀ ਥੈਂਕ ਯੂ ਵੈਰੀ ਮੱਚ